ਕੀ ਹਾਲ ਚਾਲ ਆ ਜੀ ਸਾਰਿਆਂ ਦੇ ਤੇ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਆਪਾਂ ਵੀ ਬਹੁਤ ਵਧੀਆ ਤੇ ਬਾਕੀ ਮਿਲੋ ਪਿੰਡੂ ਦੇ ਭਰਾ ਨੂੰ ਤੇ ਆਪਣੀ ਦੂਜੀ ਮਸ਼ੀਨ ਵੀ ਇੱਥੇ ਸਾਹਮਣੇ ਚੱਲਦੀ ਪਈ ਆ ਤੇ ਆਪਾਂ ਉੱਧਰ ਲਾਵਾਂਗੇ ਥੋੜ੍ਹਾ ਜਿਹਾ ਦੂਰ ਤੇ ਕਰੋ ਚੈੱਕ ਵੀਡੀਓ ਆਪਣੀ ਦੂਜੀ ਮਸ਼ੀਨ ਚੱਲਦੀ ਪਈ ਆ ਤੇ ਮਿਲਦੇ ਹਾਂ ਆਪਾਂ ਅੱਗੇ ਜੀ ਅੱਗੇ ਜੀ ਤੇ ਆਪਾਂ ਲਾਉਣ ਲੱਗੇ ਹਾਂ ਯਾਹ ਝੋਨੇ ਨੂੰ ਤੇ ਆ ਗਿਆ ਆਪਣਾ ਸਕੂਲ ਜਿੱਥੇ ਆਪਾਂ ਪੜ੍ਹੇ ਹਾਂ ਸ਼ੁਰੂ ਤੋਂ ਲੈ ਕੇ ਆਪਾਂ ਇਹੀ ਸਕੂਲ ਪੜ੍ਹੇ ਹਾਂ ਸੈਂਟ ਸੋਲਜਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਆ CBSE ਬੋਰਡ ਅਤੇ ਆ ਸਾਰਾਂ ਦੀ ਭੈਣੀ ਆ ਜਿੰਨੇ ਜਿਹੜੇ ਓਨਰ ਆ ਸਕੂਲ ਦੇ ਆ ਉਹਨਾਂ ਦਾ ਬਗੀਚਾ ਝੋਨਾ ਹੋਣਾ ਅਤੇ ਆ ਇੱਥੇ ਆਪਾਂ ਸਟੱਡੀ ਕੀਤੀ ਆ ਸ਼ੁਰੂ ਤੋਂ ਪ੍ਰੀ ਨਰਸਰੀ ਤੋਂ ਲੈ ਕੇ ਪਲੱਸ ਟੂ ਤੱਕ ਆਪਾਂ ਲੱਗੇ ਕਟਰ ਪਾਉਣ ਤੇ ਆ ਬਾਈ ਦੇ ਲੱਗਿਆ ਪਾਉਣ ਤੇ ਚਲੋ ਮਿਲਦੇ ਹਾਂ ਕਟਰ ਪਾ ਕੇ ਜੀ ਟੈਂਕ ਗਿਆ ਭਰ ਤੇ ਹੁਣ ਅਸੀਂ ਖੜੇ ਆਏ ਹਾਂ ਤੇ ਬਾਕੀਆਂ ਦੇ ਨਾਲ ਕਰਦੇ ਗੱਲਾਂ ਬਾਤਾਂ ਇਹ ਬਿੱਟੂ ਤੇਰਾ ਕੀ ਲੱਗਦਾ ਫਿਰ ਭਰਾ ਲੱਗਦਾ ਚਾਚੇ ਦਾ ਮੁੰਡਾ ਕਿ ਸਕਾ ਭਰਾ ਹੈ ਚਾਚੇ ਦਾ ਮੁੰਡਾ ਤੇ ਉਹਦੀ ਮਸ਼ੀਨ ਵੀ ਚਲਾਉਂਦਾ ਰਿਹਾ ਤੂੰ ਦੋ ਦਿਨ ਚਲਾਈਏ ਬਾਈ ਕੋਲੇ ਆਪਦੀ ਨਵੀਂ ਕਰਤਾਰ ਉਹ ਇਹ ਵੀ ਬੰਦਾ ਮਿਹਨਤੀ ਆ ਜਿਵੇਂ ਤੁਹਾਨੂੰ ਦੱਸਿਆ ਸੀ ਹੋਵੇ ਜਿਵੇਂ ਆਪਾਂ ਹਿੰਦ ਜਿਨ੍ਹਾਂ ਨੂੰ ਦਵਾਈ ਸੀ ਉਹਨਾਂ ਵਾਂਗੂ ਉੱਧਰ ਇਹਦਾ ਬ੍ਰਦਰ ਆ ਇਹਨਾਂ ਦੋਵਾਂ ਭਰਾਵਾਂ ਦੀ ਆ ਕਰਤਾਰ ਇਹਨਾਂ ਐਤਕੀ ਲਈ ਨਵੀਂ ਅਤੇ ਕਿੰਨੇ 'ਚ ਪੈ ਗਈ ਨਵੀਂ ਕਰਤਾਰ ਫਿਰ 24 'ਚ ਪੈ ਗਈ ਆ BS3 ਨਾਲ ਇਹਨਾਂ ਲਈ ਆ ਲੈਣ ਤਾਂ ਵਿਸ਼ਾਲ ਗਿਆ ਸੀ ਵਿਸ਼ਾਲ ਵਾਲਿਆਂ ਨਾਲ ਕੀ ਰੌਲਾ ਪੈ ਗਿਆ ਅੱਛਾ ਇਹਨਾਂ ਨੇ ਦੇ ਤਾ ਕਿ ਨਹੀਂ ਅੱਛਾ ਸਿੱਧਾ ਹੀ ਸੌਦਾ ਕਰ ਲਿਆ ਸੀ ਮੱਕੀ ਦਾ ਕੰਮ ਹੈਗਾ ਸੀਗਾ ਇਹਨਾਂ ਦਾ ਇਰਾਦਾ ਸੀ ਚੱਲ ਮੱਕੀ ਦਾ ਇੱਥੇ ਸੀਜ਼ਨ ਲਾ ਲਾਂਗੇ ਹੁਣ ਚੱਲਦੀ ਪਈ MP ਚੱਲਦੀ ਪਈ ਠੀਕ ਆ ਤੇ ਬਾਕੀ ਚਲੋ ਕਰਦੇ ਆ ਵੇਟ ਟਰਾਲੀ ਦੀ ਟੈਂਕ ਭਰ ਗਿਆ ਝਾੜ ਬਹੁਤ ਆ 2 ਕਿੱਲਿਆਂ ਦਾ ਘੇਰਾ ਵੀ ਨਹੀਂ ਪੂਰਾ ਆ ਆਪਣਾ ਸਕੂਲ ਸਾਹਮਣੇ ਤੇ ਉਹ ਆਪਣਾ ਪਿੰਡ ਆ ਲਿੰਕ ਰੋਡ ਆ ਗਿਆ ਮਮਦੋਟ ਵਾਲਾ ਤੇ GT ਰੋਡ ਤੇ ਜਾ ਕੇ ਚੜਦਾ ਕੱਲ ਦੂਜੀ ਵਿਸ਼ਾਲ ਇੱਥੇ ਢਲਦੀ ਰਹੀ ਜਾਵੇ ਤਾਂ ਵੱਡਿਆ 6 ਕਿੱਲਿਆਂ ਦਾ ਘੇਰਾ ਸੀ ਆ ਜਿਹੜਾ 6 ਕਿੱਲੇ ਬਣਦੇ ਆ ਤੇ ਆਪਾਂ ਹੁਣ ਉਹ ਉੱਥੋਂ ਆਏ ਹਾਂ ਉਹ ਪਿੰਡ ਤੋਂ ਚਲੋ ਮਿਲਦੇ ਹਾਂ ਟਰਾਲੀ ਦੀ ਵੇਟ 'ਚ ਬੈਠੇ ਹਾਂ ਬਾਕੀ ਤੋਰਾ ਵੀ ਤੁਸੀਂ ਚੈੱਕ ਕਰ ਸਕਦੇ ਜੇ ਰਾਤ ਨੂੰ ਵੀ ਮਾਂਗਾ ਵੀ ਫੁੱਲ ਕੀਤਾ ਏ